ਪੱਖੀ ਚ ਖੂਨ ਦਾ ਚਸ਼ਮਾ ਲੜਾ ਕੇ ਗਾਜ਼ੀ ਦੀ ਕਬਰ ਦੂਜਾ ਹੱਥ ਵਧਾ ਕੇ ਅੱਬਾਸ ਅਖੇ ਚਾਚਾ ਕਿੱਥੋਂ ਦਾ ਇਨਸਾਫ ਹੈ, ਬੇਗੈਰਤਾਂ ਦੀ ਭੀੜ ਚ ਹੀ ਇਹ ਟੁਰੇ। ਵਾਹ ਭਾਈ ਵਾਹ, ਵਾਹ ਭਾਈ ਵਾਹ, ਆਪਰੀ ਮਰਹਬਾ ਜਲਾ ਕੱਲਾ ਕਾਤਲਾਂ ਦੀ ਭੀੜ ਚ ਹੀ ਆਪਰੀ ਅੱਲਾ ਤਾਲਾ ਖੜੇ ਮਾਤਮੀ ਤੱਕ ਕਰਬਲਾ ਦੇ ਬੰਨੇ ਤੇ ਲੱਥੀ ਪਹਿਲਾ ਕਦਮ ਜ਼ਖਮੀ ਆਲੀਆ ਦਾ ਕਰ
ਮੰਗੀ ਕਰੋ ਜੀ ਫਿਰ ਕਿਹਾ ਵੇ ਫਿਰ ਆ ਜੀ ਦੇ ਮਿਲਨ ਭੈਣ ਫਿਰ ਉਹਨਾਂ ਦੀ ਕਬਰਾਂ ਦਾ ਦੇ ਤੇ ਮੈਂ ਸਦਕੇ ਹੋ ਜਾਵਾਂ ਖਤਮ ਦੋ ਵਡਾਈ ਮਿੰਟ ਬਾਅਦ ਸਈਦਾ ਦੇ ਰੂਹ ਮਰ ਗਿਆ ਤੇ ਨਾ ਉਹ ਜੀ ਕਬਰਾਂ ਮੈਂ ਜਾ ਕੇ ਪੇਕੇ ਕਬਰਿਸਤਾਨ ਨਹੀਂ ਟੁੱਟਦੀ ਗਈ ਮਤ ਅੱਲਾ ਦੀ ਕਾਇਨਾਤ ਦੀ ਪਹਿਲੀ ਮਦੀਨੇ ਸੁਣਦੇ ਹਾਂ ਜੋ ਪੁੱਛੇ ਅਸਕੇ ਲੱਗ ਗਏ ਨੇ ਇਸ ਤੋਂ ਅਸਲੀ ਵੱਡਾ ਮਸਾਇਲ ਹੈ ਸੱਚੀ ਭੈਣ ਅੱਖੀ ਨਾਲ ਮੁਸਤਾ ਫਿਰਾ ਬਿਠਾ ਤੇ ਵਾਤ ਪੁੱਤਰ ਤੋਂ ਕੋਈ ਪੁੱਛਦੀ ਹੈ ਕਿੱਥੇ ਕਬਰ ਹੈ ਮੇਰੇ ਹੁਸੈਨ ਦੀ ਮੈਂ 5 ਮਿੰਟ ਲਾ ਕੇ ਪੜਾਂ ਦਾ ਜੁਮਲਾ ਵਾਜੇ ਉਹਦੇ ਭੈਣਾਂ ਨੂੰ ਦੱਸਣਾ ਨਹੀਂ ਪਉਂਦਾ ਤੇ ਰਵੀ ਕਿੱਥੇ ਦੱਸਦਾ ਕਬਰ ਹੁਸੈਨ ਦੇ ਹੱਥ ਹੱਥ ਬਣਦਾ ਨਹੀਂ ਬਹੁਤ ਹੀ ਅੱਖੀ ਨਾਲ ਪੁੱਤਰ ਜਲੇ ਨਾਮ ਨੂੰ ਦੇਖਣ ਹੀ ਨਹੀਂ ਕਬਰ ਚੁੰਕਿਆ ਦੀ ਅਮਾਨਤ ਸੰਭਾਲ ਮੇਰੀ ਔਖੀ ਸੌਖੀ ਨਹੀਂ ਹੋ ਗਈ ਹੁਸੈਨ ਮੈਂ ਏਡੀ ਜ਼ਖਮੀਆਂ ਮੈਂ ਤੇਰੀ ਨਸਲ ਬਚਾ ਆਈਆਂ ਹੁਸੈਨ ਤੇਰੇ ਨਾਲ ਮੈਂ ਅੱਗਰ ਚੌਕਰ ਸਾਹਿਬ ਬਾਬਲ ਹਵਾਈ ਕਤਲ ਨਾ ਪੜੇ ਹੁੰਦਾ ਮੈਂ ਮੌਜੂਦ ਤੁਹਾਡੇ ਹੁਕਮ ਨਾਲ ਪੜ੍ਹ ਦਿੰਦਾ ਆਦੀ ਆ ਕੇ ਹੁਸੈਨ ਤੇਰੇ ਨਾਲ ਗੱਲਾਂ ਬਾਅਦ ਵਿੱਚ ਕਰੇ ਸਾਂ ਤੈਨ ਸ਼ਾਮ ਤੇ ਆਦ ਪਿੱਛੇ ਸੁਣੇ ਸਾਂ ਪਹਿਲੇ ਦੱਸ ਮੇਰਾ ਆਬਾਸ ਕਿੱਥੇ ਹੈ ਹੁਸੈਨ ਫਰਮਾਇਆ ਕਿ ਥਾਂ ਤੋਂ ਲਾਓ ਇੱਕ ਬੰਦਾ ਕਦਰ ਕਰੇ ਨਾ ਵਧੀ ਇਸ ਗੱਲ ਦੀ ਇੱਕ ਬੰਦਾ ਹਜ਼ਾਰਾਂ ਦੇ ਮਜ ਵਿੱਚ ਇੱਥੇ ਬਾਦ ਗਲੀ ਦੇ ਹਸੈਨ ਸਿੰਘ ਮੈਂ ਸਮਝਾਂ ਮਿਹਨਤ ਦੀ ਬਾਬਾ ਜੀ ਉਜਰਤ ਮਿਲ ਗਈ ਹੁਸੈਨ ਅਸਲ ਮੇਰੀ ਕਬਰ ਨਾਲ ਉੱਠੀ ਪਗਾਂਦੀ ਵਾਲੇ ਪਾਸੇ ਕਿਤਨਾ ਟੋਲ ਜਿਤਨਾ ਸਫਾ ਤੋਂ ਮਰਵਾ ਦਾ ਫਾਸਲਾ ਹੈ ਹਲਕਾ ਪਿਆ ਬਣਦਾ ਤੁਹਾਡਾ ਹੱਥ ਮੇਰੇ ਬੰਨਣ ਵਾਸਤੇ ਨਹੀਂ ਸੀਰੇ ਤੇ ਮਾਰਨ ਵਾਸਤੇ ਆਵਾਜ਼ ਦੇ ਦਾਸ ਸੀ
دے تو شرم آ جائے میں مس بھی آوا نہ تما سونا آ کے میں آ گیا ہی پانی ہویا نہ تلیا نہ پانی آیا کپڑ سے جھڑ گیا جناب کے مل نہ مل معصوم کوئی نہیں اولی کے تفصیل دسا